ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮੱਕੀ ਦੀ ਰੋਟੀ ਮੇਥਿਆਂ ਵਾਲੀ ਬਹੁਤ ਹੀ ਟੇਸਟੀ ਬਣਦੀ ਹੈ ਇਹ ਰੋਟੀ ਤੇ ਇਹਨੇ ਵਧੀਆ ਤਰੀਕੇ ਨਾਲ ਬਣਾਵਾਂਗੇ ਕਿ ਹਰ ਕੋਈ ਬਣਾ ਸਕੇ ਜੇਕਰ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤੀ ਹੈ ਤਾਂ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਜੀ ਬਿਲਕੁਲ ਪਤਲੀ ਤੇ ਕਿੰਨੀ ਸੌਫਟ ਰੋਟੀ ਬਣ ਕੇ ਤਿਆਰ ਹੈ ਬਿਲਕੁਲ ਵੀ ਹਾਰਡ ਨਹੀਂ ਹੈਗੀ ਤੇ ਖਾਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਟੇਸਟੀ ਹੈ ਇਹਦੇ ਲਈ ਆਪਾਂ ਨੇ ਲੈ ਲਿਆ ਜੀ ਮੇਥੀ ਮੇਥੀ ਦੀ ਡੰਡੀਆਂ ਆਪਾਂ ਨੇ ਬਿਲਕੁਲ ਤੋੜਤੀਆਂ ਪੱਤੇ ਪੱਤੇ ਹੀ ਲਏ ਆ ਹਰੇ ਮਿਰਚ ਅਦਰਕ ਪਿਆਜ਼ ਤੇ ਮੱਕੀ ਦਾ ਆਟਾ ਜੇਕਰ ਤੁਸੀਂ ਮੇਥੀ ਨੂੰ ਕੱਟਣਾ ਚਾਹੁੰਦੇ ਆ ਤਾਂ ਬ੍ਰੇਕ ਬ੍ਰੇਕ ਐਵੇਂ ਕੱਟ ਲਓ ਨਿੱਤੇ ਜਿਹੜਾ ਆਪਣਾ ਚੋਪਰ ਹੁੰਦਾ ਨਾ ਉਹਦੇ ਵਿੱਚ ਆਪਾਂ ਸਾਰਾ ਕੁਝ ਮਿਕਸ ਕਰਕੇ ਚੋਪੀ ਕਰ ਲਾਂਗੇ ਇਹ ਦੇਖੋ ਜੀ ਚੋਪਰ ਦੇ ਵਿੱਚ ਆਪਾਂ ਨੇ ਹਰੀ ਮਿਰਚ ਅਦਰਕ ਪਿਆਜ਼ ਤੇ ਮੇਥੀ ਸਾਰਾ ਕੁਝ ਮਿਕਸ ਕਰਕੇ ਚੋਪ ਕਰ ਲਿਆ ਹੁਣ ਪਾ ਦਾਂਗੇ ਜੀ ਆਪਾਂ ਆਟੇ ਦੇ ਵਿੱਚ ਸਿੰਪਲ ਰੋਟੀ ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਦੱਸੀ ਹੋਈ ਹੈ ਦੋ ਤਰੀਕਿਆਂ ਦੇ ਨਾਲ ਕਿਵੇਂ ਬਣਾ ਸਕਦੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਤੇ ਇਹਦੇ ਵਿੱਚ ਇੱਕ ਦੋ ਮਸਾਲਾ ਪਾਵਾਂਗੇ ਇਹ ਪਾਤੇ ਆ ਜੀ ਗਰਮ ਮਸਾਲਾ ਨਮਕ ਸਵਾਦ ਅਨੁਸਾਰ ਪਾ ਲਿਓ ਜੇਕਰ ਤੁਹਾਡੇ ਕੋਲ ਨਾ ਜਿਹੜਾ ਮੱਕੀ ਦਾ ਆਟਾ ਨਹੀਂ ਜੁੜਦਾ ਤਾਂ ਉਸ ਨੂੰ ਨਾ ਤੁਸੀਂ ਚੰਗਾ ਗਰਮ ਪਾਣੀ ਐ ਜਾਂ ਰਿੱਜਾ ਰਿੱਜਾ ਪਾਣੀ ਪਾ ਕੇ ਨਾ 10 ਤੋਂ 15 ਮਿੰਟ ਢਾਕੇ ਰੱਖ ਦੋ ਥੋੜਾ ਆਟਾ ਬਹੁਤ ਵਧੀਆ ਹੋ ਜਾਊਗਾ ਤੇ ਉਹਦੀ ਰੋਟੀ ਵੀ ਚੰਗੀ ਤਰ੍ਹਾਂ ਜੁੜਨਾ ਸਟਾਰਟ ਹੋ ਜੂਗੀ ਇਹ ਦੇਖੋ ਚੰਗੀ ਤਰ੍ਹਾਂ ਨਾ ਮਿਕਸ ਕਰ ਲਿਆ ਮੈਂ ਆਟੇ ਤੇ ਮੇਥੀ ਨੂੰ ਇਹਦੇ ਵਿੱਚ ਥੋੜਾ ਜਿਹਾ ਗੁੰਗੁਣਾ ਪਾਣੀ ਪਾਉਂਗੀ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਨੇ ਇਹ ਦੇਖੋ ਥੋੜਾ ਜਿਹਾ ਆਟਾ ਲੈ ਕੇ ਨਾ ਇਸ ਤਰ੍ਹਾਂ ਆਪਾਂ ਪੇੜਾ ਬਣਾ ਲਿਆ ਜਦੋਂ ਤੁਸੀਂ ਦੋ ਤਰੀਕੇ ਦੱਸੇ ਸੀਗੇ ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਹੱਥਾਂ ਨਾਲ ਬਣਾ ਸਕਦੇ ਆ ਇਹਨੂੰ ਪਰ ਇਸ ਟਾਈਮ ਆਪਾਂ ਦੂਜਾ ਤਰੀਕਾ ਵਰਤਾਂਗੇ ਆਪਾਂ ਨੇ ਲੈ ਲੈਣਾ ਬਟਰ ਪੇਪਰ ਬਟਰ ਪੇਪਰ ਦੇ ਉੱਪਰ ਲਾ ਲਾਂਗੇ ਹਲਕਾ ਜਿਹਾ ਪਾਣੀ ਤੇਨੂੰ ਉਂਗਲਾਂ ਦੀ ਸਪੋਰਟ ਨਾਲ ਨਾ ਰੋਟੀ ਨੂੰ ਫਲਾ ਲਾਂਗੇ ਜਿੰਨੀ ਮਰਜ਼ੀ ਪਤਲੀ ਰੋਟੀ ਬਣਾ ਲਓ ਤੁਸੀਂ ਇਸੇ ਤਰ੍ਹਾਂ ਜਿੰਨੀ ਤੁਸੀਂ ਥਿਕਨੈਸ ਰੱਖਣੀ ਚਾਹੁੰਦੇ ਆ ਪਤਲੀ ਮੋਟੀ ਜਿਵੇਂ ਦੀ ਬਣਾਣੀ ਆ ਉਨਾਂ ਕੁ ਤੁਸੀਂ ਆਟਾ ਲੈ ਕੇ ਇਸ ਨਾਲ ਰੋਟੀ ਨੂੰ ਗੋਲ ਕਰ ਲੋ ਆਪਾਂ ਨੇ ਰੱਖਿਆ ਜੀ ਲੋਹੇ ਦਾ ਤਵਾ ਤੁਸੀਂ ਕੋਈ ਵੀ ਤਵਾ ਯੂਜ਼ ਕਰਦੇ ਜਿਹੜਾ ਵੀ ਆਪਣੇ ਘਰ ਦੇ ਵਿੱਚ ਹਲਕਾ ਜਿਹਾ ਤਵੇ ਦੇ ਉੱਪਰ ਪਾ ਲਿਆ ਕਿਉਂ ਕਿਉਂ ਆਪਾਂ ਨੇ ਇਸ ਕਰਕੇ ਪਾਇਆ ਕਿ ਪਹਿਲੀ ਜਿਹੜੀ ਆਪਣੀ ਰੋਟੀ ਹੁੰਦੀ ਹੈ ਨਾ ਉਹ ਚਿਪਕੇ ਨਾ ਤਵੇ ਦੇ ਨਾਲ ਅੱਜ ਤਾਂ ਵੈਸੇ ਵੀ ਮੈਂ ਪਰਾਂਠੇ ਬਣਾਣੇ ਐ ਮੱਕੀ ਦੇ ਆਟੇ ਤੋਂ ਇਹ ਦੇਖੋ ਹਲਕਾ ਜਿਹਾ ਆਪਾਂ ਇਹਨੂੰ ਉਤਾਰਾਂਗੇ ਪੂਰਾ ਉਤਰ ਜਾਂਦਾ ਬਟਰ ਪੇਪਰ ਹੁਣ ਇਹਨੂੰ ਇੱਕ ਸਾਈਡ ਤੋਂ ਨਾ ਆਪਾਂ ਪੱਕਣ ਦੇ ਦਿੰਦੇ ਆ ਰੋਟੀ ਨੂੰ ਜਦੋਂ ਸਾਈਡ ਪੱਕ ਜੂਗੀ ਫਿਰ ਆਪਾਂ ਇਹਨੂੰ ਨਾ ਪਲਟ ਦਾਂਗੇ ਤੇ ਦੂਜੀ ਸਾਈਡ ਤੋਂ ਵੀ ਆਪਾਂ ਇਸ ਤਰ੍ਹਾਂ ਹੀ ਪਲਟ ਕੇ ਦੋਨੋਂ ਸਾਈਡ 'ਕਿਉ ਲਾ ਦਾਂਗੇ ਜਦੋਂ ਵੀ ਤੁਸੀਂ ਪਲਟਣੀ ਹੈ ਨਾ ਰੋਟੀ ਉਹ ਦੋਹੀਂ ਕਿਉ ਲਾਣਾ ਉਸ ਸਾਈਡ ਤੇ ਕੱਚੀ ਉਤੇ ਕਿਉ ਨਹੀਂ ਲਾਣਾ ਕਿਉਂਕਿ ਫਿਰ ਨਾ ਇਹਨੇ ਪੱਕਣਾ ਨਹੀਂ ਹੈ ਦਾ ਅੰਦਰ ਤੱਕ ਦੋਨੋਂ ਸਾਈਡ ਆਪਾਂ ਦੇਸੀ ਘਿਓ ਲਾ ਕੇ ਚੰਗੀ ਤਰ੍ਹਾਂ ਇਹਨੂੰ ਰਾੜ ਲਾਂਗੇ ਰੋਟੀ ਨੂੰ ਕਿ ਹੁਣ ਤਾਂ ਸੀਜ਼ਨ ਆ ਚੁੱਕਿਆ ਮੇਥੀ ਤੇ ਮੋਲੀ ਬੜਾ ਟੇਸਟ ਆਂਦਾ ਇਹਨਾਂ ਚੀਜ਼ਾਂ ਦਾ ਮੱਕੀ ਦੇ ਆਟੇ ਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਮੱਕੀ ਦੀ ਰੋਟੀ ਜਿਹੜੇ ਵੀ ਖਾਂਦੇ ਆ ਬੱਚੇ ਤਾਂ ਵੈਸੇ ਅੱਜਕੱਲ ਬਹੁਤ ਜ਼ਿਆਦਾ ਘੱਟ ਖਾਂਦੇ ਆ ਮੱਕੀ ਦੀ ਰੋਟੀ ਵੱਡਿਆਂ ਨੂੰ ਜ਼ਿਆਦਾ ਟੇਸਟੀ ਲੱਗਦੀ ਹੈ ਪਰ ਇਹ ਹਰ ਇੱਕ ਬੱਚਾ ਵੀ ਖਾ ਲੂਗਾ ਇੰਨੀ ਸਵਾਦ ਬਣਦੀ ਹੈ ਰੋਟੀ ਤਾਂ ਦੋਨੋਂ ਸਾਈਡ ਤੋਂ ਨਾ ਉਲਟ-ਪੁਲਟ ਕਰਕੇ ਚੰਗੀ ਤਰ੍ਹਾਂ ਆਪਾਂ ਰੜ ਲਾਂਗੇ ਪਰਾਠੇ ਨੂੰ ਜੇਕਰ ਤੁਸੀਂ ਘਿਓ ਨਹੀਂ ਲਾਉਂਦੇ ਤਾਂ ਸਿੰਪਲ ਆਪਣਾ ਰੋਟੀ ਬਣ ਜੂਗੀ ਜੇ ਘਿਓ ਲਾ ਲੋਗੇ ਤਾਂ ਹੋਰ ਵੀ ਇਹ ਟੇਸਟੀ ਲੱਗਦੀ ਹੈ ਇਹ ਲੋ ਜੀ ਆਪਣਾ ਪ੍ਰਾਂਠਾ ਮੱਕੀ ਤੇ ਮੇਥੀ ਵਾਲਾ ਬਣ ਚੁੱਕਿਆ ਹੁਣ ਆਪਾਂ ਦੂਜਾ ਵੀ ਇਹ ਤੇ ਪ੍ਰਾਂਠਾ ਪਾ ਦਿੰਦੇ ਆ ਤੇ ਇਸ ਨੂੰ ਵੀ ਸੇਮ ਤਰੀਕੇ ਨਾਲ ਹੀ ਬਣਾ ਲਾਂਗੇ ਮੱਕੀ ਦੀ ਰੋਟੀ ਹੋਵੇ ਨਾਲ ਬਟਰ ਹੋਵੇ ਤੇ ਇੱਕਾ ਪਚਾਦਾ ਹੋਵੇ ਬਹੁਤ ਹੀ ਜਿਆਦਾ ਸਵਾਦ ਲੱਗਦੀ ਹੈ ਜੇ ਤੁਸੀਂ ਚਾਹ ਨਹੀਂ ਪੀਂਦੇ ਤਾਂ ਤੁਸੀਂ ਦਹੀਂ ਨਾਲ ਖਾਓ ਹੋਰ ਵੀ ਬਹੁਤ ਟੇਸਟੀ ਲੱਗਦੀ ਹੈ ਸਾਰੇ ਆਪਾਂ ਮੱਕੀ ਦੇ ਜਿਹੜੇ ਆٹے ਦੇ ਪਰਾਂਡੇ ਨੇ ਐਸੇ ਤਰ੍ਹਾਂ ਬਣਾ ਲਾਂਗੇ ਬਹੁਤ ਹੀ ਜ਼ਿਆਦਾ ਈਜ਼ੀ ਲੱਗਦੇ ਆ ਇਸ ਤਰ੍ਹਾਂ ਬਣਾਉਣ ਦੇ ਵਿੱਚ ਨੇ ਦੇਖੋ ਜੀ ਇਹ ਵੀ ਪਰਾਂਠਾ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਇਹ ਮੇਰੀ ਮੱਕੀ ਦੀ ਜਿਹੜੀ ਮੇਥੀ ਵਾਲੀ ਰੋਟੀ ਹੈ ਜਾਂ ਪਰਾਂਠਾ ਹੈ ਇਹਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਜਾਣਕਾਰੀ ਹੋਰ ਨਾਲ ਵੀ ਸਾਂਝੀ ਕਰਿਓ ਵੀਡੀਓ ਨੂੰ ਸ਼ੇਅਰ ਕਰਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਮਿਲ ਜਵੇ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਵੀਡੀਓਜ਼ ਤੁਹਾਨੂੰ ਦੇਖਣੀਆਂ ਤਾਂ ਪਲੀਜ਼ ਇੱਕ ਕਮੈਂਟ ਕਰਕੇ ਵੀ ਦੱਸਿਆ ਕਰੋ ਇਸ ਐ ਮੱਕੀ ਰੋਟੀ ਤੁਸੀਂ ਆਪਣੇ ਘਰੇ ਵੀ ਬਣਾਓ ਤੇ ਖਾਓ ਇੰਜੋਏ ਕਰਿਓ ਤੇ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਲੱਗੀ ਇਹ ਰੈਸਪੀ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ